हेलो व्यूअर्स आज दी इंपॉर्टेंट वीडियो हाउ टू डाउनलोड द सिलेबस क्लासेस शुरू हो चुके हैं अंडर ग्रेजुएट क्लासेस दिया एंट्री पॉइंट भी ते बाकी भी ठीक है बेटा ता बच्चे सारा साल ਲੰਘਾ ਲੰਦੇ ਐ ਬਟ ਉਹਨਾਂ ਨੂੰ ਸਿਲੇਬਸ ਡਾਊਨਲੋਡ ਕਰਨਾ ਨਹੀਂ ਆਂਦਾ ਤੇ ਐਡ ਦਾ ਐਂਡ ਮਤਲਬ ਜਦੋਂ ਇਗਜ਼ਾਮ ਦੀ ਡੇਟ ਹੀਟ ਆ ਜਾਂਦੀ ਹੈ ਤਾਂ ਉਦੋਂ ਲੱਗਦਾ ਕਿ ਸਿਲੇਬਸ ਕੀ ਹੈ ਕਿੱਥੋਂ ਕਰਨਾ ਹੈ ਕਿਵੇਂ ਕਰਨਾ ਹੈ ਤਾਂ ਬਹੁਤ ਈਜ਼ੀ ਹੈ ਬੇਟਾ ਦੇਖੋ ਤੁਸੀਂ ਰੂਟੀਨ ਦੇ ਵਿੱਚ YouTube Google ਸਭ ਕੁਝ ਸਰਚ ਕਰਦੇ ਹੋ ਤਾਂ ਸਿੰਪਲੀ Google ਤੇ ਜਾਓ ਜਾਂ Chrome ਤੇ ਜਾਓ ਜਿਹੜੇ ਜਿਸ ਯੂਨੀਵਰਸਿਟੀ ਨਾਲ ਤੁਸੀਂ ਸੰਬੰਧਿਤ ਹੋ ਫਾਰ ਇਗਜ਼ਾਮਪਲ ਅੱਜ ਮੈਂ ਸਿਰਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਰੇ ਦੱਸੂਗੀ ਤਾਂ ਲਿਖੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਿਲੇਬਸ ਤਾਂ ਤੁਹਾਨੂੰ ਡਾਇਰੈਕਟਲੀ ਉਸੇ ਹੀ ਲਿੰਕ ਤੇ ਲੈ ਜਾਏਗਾ ਜਿਸ ਤੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਤਾਂ ਪੰਜਾਬੀ ਯੂਨੀਵਰਸਿਟੀ ਦੀ ਸਾਈਟ ਮੇ ਖੋਲੀ ਹੋਈ ਹੈ punjabiuiversity.ac.in ਤੇ ਉਹਦੇ ਅੰਡਰ ਸਿਲੇਬਸ ਦਾ ਆਈਕਨ ਹੈ ਬੇਟਾ ਤਾਂ ਇਹਦੇ ਵਿੱਚ ਦੇਖੋ ਡਾਊਨਲੋਡਸ ਦੇ ਵਿੱਚ ਜਾ ਕੇ ਡਾਊਨਲੋਡ ਸਿਲੇਬਸ ਹੈ ਤਾਂ ਇਹਦੇ ਵਿੱਚ ਤੁਸੀਂ ਦੇਖੋ ਸਭ ਤੋਂ نیچے ਲਾਸਟ ਤੁਸੀਂ ਜਦੋਂ ਜਾਓਗੇ ਇਸੇ ਤਾਂ ਗ੍ਰੀਨ ਕਲਰ ਦਾ ਹਾ ਕਲਿਕ ਹੇਅਰ ਟੂ ਡਾਊਨਲੋਡ ਸਿਲੇਬਸ ਇੱਥੇ ਮੈਂ ਹੁਣ ਕਲਿਕ ਕਰਨ ਜਾ ਰਹੀਆਂ ਤਾਂ ਇਹਨੂੰ ਕਲਿਕ ਕਰਨਾ ਹੈ ਬੱਚੇ ਕਲਿਕ ਕਰਨ ਤੋਂ ਬਾਅਦ ਇਸ ਪਾਰਟਿਕੂਲਰ ਅ ਲਿੰਕ ਦੇ ਉੱਪਰ ਸਾਰੇ ਸਿਲੇਬਸ ਪੁਰਾਣੇ ਵੀ ਪਏ ਐ ਤੇ ਲੇਟੈਸਟ ਸਿਲੇਬਸ ਵੀ ਪਏ ਜਿਵੇਂ 2024-25 ਦਾ ਸਿਲੇਬਸ ਤੁਸੀਂ ਡਾਊਨਲੋਡ ਕਰਨਾ ਹੈ ਤਾਂ ਇਸ ਤੇ ਕਲਿੱਕ ਕਰੋਗੇ ਤਾਂ ਮੈਂ ਹੁਣ ਕਲਿੱਕ ਕਰ ਰਹੀ ਆ ਇਹਨੂੰ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਅਲੱਗ-ਅਲੱਗ ਫੈਕਲਟੀਆਂ ਦੇ ਜੋ ਸਿਲੇਬਸ ਐ ਉਹ ਖੁੱਲ ਜਾਣਗੇ ਜਿਵੇਂ ਕਿ ਫੈਕਲਟੀ ਆਫ ਆਰਟ ਐਂਡ ਕਲਚਰ ਬਿਜ਼ਨਸ ਸਟੱਡੀਜ਼ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਇਨਫੋਰਮੇਸ਼ਨ ਸਾਇੰਸ ਲੈਂਗੁਏਜ ਲਾਅ ਲਾਈਫ ਸਾਇੰਸਿਜ਼ ਕਲੀਅਰ ਤਾਂ ਸੋਸ਼ਲ ਸਾਇੰਸਿਸ ਫਿਜ਼ੀਕਲ ਸਾਇੰਸਿਸ ਮੈਡੀਸਨ ਐਕਸਟਰਾ ਫਾਈਨ ਤਾਂ ਹੁਣ ਤੁਸੀਂ ਮੈਂ ਇੱਕ ਐਗਜ਼ਾਮਪਲ ਮੈਂ ਦੇ ਰਹੀ ਹਾਂ ਜਿਵੇਂ ਫਾਰ ਐਗਜ਼ਾਮਪਲ ਤੁਸੀਂ ਡਾਊਨਲੋਡ ਕਰਨਾ ਹੈ ਸਿਲੇਬਸ ਕਿਸੇ ਲੈਂਗੁਏਜ ਦਾ ਤਾਂ ਤੁਸੀਂ ਕਿਸ ਤੇ ਕਲਿੱਕ ਕਰੋਗੇ ਤੁਸੀਂ ਕਲਿੱਕ ਕਰੋਗੇ ਲੈਂਗੁਏਜ ਫੈਕਲਟੀ ਆਫ ਲੈਂਗੁਏਜ ਤਾਂ ਮੈਂ ਕਲਿੱਕ ਕੀਤਾ ਤਾਂ ਉਸ ਤੋਂ ਬਾਅਦ ਅਗੇ ਉਹ ਆਪਸ਼ਨਸ ਖੁੱਲ ਗੀਆਂ ਆਪਸ਼ਨਸ ਹੈ ਵਿਚ ਲੈਂਗੁਏਜ ਇੰਗਲਿਸ਼ ਫੋਰਨ ਲੈਂਗੁਏਜ ਹਿੰਦੀ ਹਿੰਦੀ ਲਿੰਗੁਇਸਟਿਕਸ ਦ ਨੈਸ਼ਨਲ এডਿਕੇਸ਼ਨ ਪਾਲਿਸੀ ਦੇ ਅਕੋਰਡਿੰਗ ਜੋ ਆਇਆ ਰੂਲ ਉਹਦੇ ਅਕੋਰਡਿੰਗ ਠੀਕ ਹੈ ਪੰਜਾਬੀ ਪਰਸ਼ੀਅਨ ਉਰਦੂ ਅਰੇਬਿਕ ਪੰਜਾਬੀ ਕੰਪਿਊਟਿੰਗ ਐਟਸੈਟਰਾ ਜੋ ਵੀ ਜਿਸ ਵੀ স্ক্রিন ਦੇ ਵਿੱਚ ਤੁਸੀਂ ਹੈਗੇ ਹੋ ਫॉर एग्जांपल ਤੁਸੀਂ ਇੰਗਲਿਸ਼ ਦਾ ਸਿਲੇਬਸ ਡਾਊਨਲੋਡ ਕਰਨਾ ਤਾਂ ਮੈਂ ਇੰਗਲਿਸ਼ ਤੇ ਕਲਿੱਕ ਕੀਤਾ ਉਸ ਤੋਂ ਬਾਅਦ ਆਪਸ਼ਨਸ ਆ ਗਏ ਬੱਚੇ ਐਮ ਡੀ ਐਫ ਆਈ ਐਫ ਵਾਈ ਆਈ ਪੀ ਠੀਕ ਹੈ ਫਸਟ ইয়ার ਦੇ ਜੋ ਸਟੂਡੈਂਟ ਹੈ ਪੋਸਟ ਗ੍ਰੈਜੂਏਸ਼ਨ ਦੇ ਲਈ 3 1 1+1 ਜੋ ਨਵਾਂ ਯੂਨੀਵਰਸਿਟੀ ਦੇ ਵਿੱਚ ਜੋ ਕੋਰਸ ਹੈ ਅੰਡਰ ਗ੍ਰੈਜੂਏਟ ਕੋਰਸਸ ਠੀਕ ਹੈ ਜੀ ਅੰਡਰ ਗ੍ਰੈਜੂਏਟ ਕਲਾਸਿਸ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਅੰਡਰ ਗ੍ਰੈਜੂਏਟ ਕੋਰਸਸ ਦੇ ਵਿੱਚ ਮੈਂ ਕਲਿੱਕ ਕੀਤਾ ਤਾਂ ਇੰਗਲਿਸ਼ ਦੇ ਜੋ ਡਿਫਰੈਂਟ ਸਿਲੇਬਸ ਹੈ ਹਰ ਤਰ੍ਹਾਂ ਦੇ ਸਟੂਡੈਂਟ ਲਈ ਚਾਹੇ ਜਿਸ ਤਰ੍ਹਾਂ ਹੀ ਮੈਂ ਕਲਿੱਕ ਕੀਤਾ ਸਿਲੇਬਸ ਦੇ ਲਈ ਤਾਂ ਸਿਲੇਬਸ ਖੁੱਲ ਗਿਆ ਤਾਂ ਉਹ ਚਾਹੇ ਪ੍ਰਾਈਵੇਟ ਸਟੂਡੈਂਟ ਹੈ ਚਾਹੇ ਉਹ ਕੈਂਡੀਡੇਟ ਰੈਗੂਲਰ ਹੈ ਠੀਕ ਹੈ ਜੀ ਉਹਦੇ ਲਈ ਚਾਹੇ ਡਿਸਟੈਂਸ এডਿਕੇਸ਼ਨ ਦਾ ਹੈ ਜਿਵੇਂ ਫੋਰ ਐਗਜ਼ਾਮਪਲ ਬੀਏ ਇੰਗਲਿਸ਼ ਕੰਪਲਸ ਕਮਿਊਨੀਕੇਸ਼ਨ ਸਕਿਲਸ ਪਾਰਟ 3 ਸੈਮ 5 ਸੈਮ 6 অর ਪ੍ਰਾਈਵੇਟ ਕੈਂਡੀਡੇਟਸ ਠੀਕ ਹੈ ਜੀ ਪ੍ਰਾਈਵੇਟ ਕੈਂਡੀਡੇਟਸ ਦਾ ਹੈ ਤਾਂ ਇਸ ਤੇ ਕਲਿੱਕ ਕਰੋਗੇ ਸਿਲੇਬਸ ਡਾਊਨਲੋਡ ਹੋ ਜਾਏਗਾ ਠੀਕ ਹੈ ਜੀ ਦੋਨੋਂ ਸੈਮੈਸਟਰ ਦਾ ਸਿਲੇਬਸ ਹੈ ਫਰਸਟ ਐਂਡ ਸੈਕਿੰਡ ਥਰਡ ਐਂਡ ਫੋਰਥ ਜੇ ਲਾਈ ਸੈਮੈਸਟਰ ਹੈ ਜੇ ਪਹਿਲਾ ਸਾਲ ਹੈ ਤਾਂ ਪਹਿਲੇ ਦੂਜੇ ਦਾ ਹੈ ਦੂਜੇ ਸਾਲ ਤੇ ਤੀਜੇ ਚੌਥੇ ਦਾ ਹੈ ਥਰਡ ਈਅਰ ਹੈ ਦਨ फिफ्थ एंड सिक्स है दैन बी ए इंग्लिश कम्युनिकेशन स्किल्स फिफ्थ एंड सिक्स क्लियर बी ए इंग्लिश कम्युनिकेशन स्किल्स पार्ट वन सेम वन फॉर प्राइवेट कैंडिडेट्स, बाद नेक्स्ट है कम्युनिकेशन स्किल्स पार्ट टू सेम थ्री फॉर प्राइवेट कैंडिडेट्स, ठीक है इसे तरीके जो रेगुलर दे ले ले आएगा जो कम्युनीकेशन स्किल्स लिखे हुए सिंपल दैट इज़ फॉर रेगुलर ਦੈਨ ਲਿਟਰੇਚਰ ਇੰਗਲਿਸ਼ ਇਲੈਕਟਿਵ ਸਬਜੈਕਟ ਹੁੰਦਾ ਬੱਚਿਆਂ ਕੋਲ ਉਹਦੇ ਲਈ ਸਿਲੇਬਸ ਹੈ ਦੈਨ ਨੈਕਸਟ ਹੈ ਬੱਚੇ ਨੈਕਸਟ ਕੋਰਸਿਸ ਹੈ ਜੋ ਆਨਰਸ ਹੈ ਕੰਪਲਸਰੀ ਹੈ ਸਾਰੇ ਸਿਲੇਬਸ ਐਦਾਂ ਕਰਕੇ ਸਬਜੈਕਟ ਵਾਈਜ਼ ਹਰ ਇੱਕ ਸਬਜੈਕਟ ਤੇ ਅਵੇਲੇਬਲ ਹੈਗੇ ਹੈ ਠੀਕ ਹੈ ਜੀ ਆਪਣੇ ਸਬਜੈਕਟ ਨੂੰ ਚੁਣੋ ਮੇਨ ਆਈਕਨ ਤੇ ਕਲਿੱਕ ਕਰੋ ਠੀਕ ਹੈ ਜੀ ਦੈਨ ਉਸ ਤੋਂ ਬਾਅਦ ਸਿਲੇਬਸ ਨੂੰ ਡਾਊਨਲੋਡ ਤੁਸੀਂ ਕਰ ਸਕਦੇ ਹੋ ਦਿਸ ਦਿਸ ਇਜ਼ ਫਾਰ ਲੈਂਗੁਏਜਸ ਇੱਕ ਹੋਰ ਮੈਂ ਦਿਖਾ ਦਿੰਨੀ ਆ ਦੈਟ ਇਜ਼ ਸੋਸ਼ਲ ਸਾਇੰਸਸ ਜੋ ਕਿ ਕਾਫੀ ਬਚਾ ਨਹੀਂ ਰੱਖਿਆ ਹੁੰਦਾ ਤਾਂ ਸੋਸ਼ਲ ਸਾਇੰਸਿਸ ਪੋਸਟ ਗ੍ਰੈਜੂਏਟ ਕੇ ਅੰਡਰ ਗ੍ਰੈਜੂਏਟ ਠੀਕ ਹੈ ਪੋਸਟ ਗ੍ਰੈਜੂਏਟ ਮਤਲਬ ਐਮਏ ਦੇ ਲਈ ਅੰਡਰ ਗ੍ਰੈਜੂਏਟ ਮਤਲਬ ਬੈਚਲਰ ਦੇ ਲਈ ਤਾਂ ਇਹਦੇ ਵਿੱਚ ਉਸ ਤਰ੍ਹਾਂ ਹੁਣ ਕਲਿੱਕ ਕੀਤਾ ਇਕਨੋਮਿਕਸ ਦਾ ਸਿਲੇਬਸ ਆ ਗਿਆ ਪੋਲੀਟੀਕਲ ਸਾਇੰਸ ਆ ਗਿਆ ਪਬਲਿਕ ਐਡਮਿਨਿਸਟ੍ਰੇਸ਼ਨ ਆ ਗਿਆ ਰਿਲੀਜੀਅਸ ਸਟੱਡੀਜ਼ ਸੋਸ਼ੀਓਲੋਜੀ ਇਹ ਸਾਰੇ ਸਬਜੈਕਟ ਇਹਦੇ ਵਿੱਚ ਪਏ ਹੋਇਆ ਹੈ ਬੱਚੇ ਠੀਕ ਹੈ ਇਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਡਾਊਨਲੋਡ ਕਿੱਥੇ ਕਰਨਾ ਹੈ ਇਸ ਤੇ ਕਲਿੱਕ ਕਰਕੇ ਡਾਊਨਲੋਡ ਕਰੋਗੇ ਤਾਂ ਡਾਊਨਲੋਡ ਤੁਹਾਡੇ ਮੋ ਤੁਸੀਂ ਹੁਣ ਸਕੂਲ ਲਾਈਫ ਤੋਂ ਬਾਹਰ ਆ ਗਏ ਹੋ ਠੀਕ ਹੈ ਲਰਨ ਹਾਊ ਟੂ ਡਾਊਨਲੋਡ ਅ ਸਿਲੇਬਸ ਇਟ ਮਸਟ ਬੀ ਨੀਅਰ ਫੋਨ অর ਟੇਕ ਅ ਪ੍ਰਿੰਟ ਆਊਟ ਆਫ ਥਿਸ ਆਪਣੀ ਨੋਟਬੁੱਕ ਦੇ ਫਰਸਟ ਪੇਜ ਤੇ ਇਹਨੂੰ ਪੇਸਟ ਕਰੋ ਤਾਂ ਕਿ ਕਲੀਅਰ ਹੋਏ ਕਿ ਕਰਨਾ ਕੀ ਨਹੀਂ ਕਰਨਾ ਜ਼ਿੰਦਗੀ ਦੀ ਇਸ ਸਟੇਜ ਦੇ ਵਿੱਚ ਤੁਸੀਂ ਬਿਲਕੁਲ ਇਹ ਨਹੀਂ ਸੋਚਣਾ ਕਿ ਅਸੀਂ ਯੂਨਿਟ 1 ਦੇ ਵਿੱਚ ਦੋ ਪਾਰਟ ਹੈ ਦੋਹਾਂ 'ਚੋਂ ਇੱਕ ਕਰ ਲਾਂਗੇ ਤੇ ਉੱਚ ਇੱਕ ਕੁਸ਼ਨ ਆ ਜਾਏਗਾ ਨੋ ਜੀ ਤੁਸੀਂ ਸக்ஸੈਸ ਲੈਣੀ ਹੈ ਨੈਕਸਟ ਟਾਈਮ ਕੋਈ ਕੰਪੀਟੀਟਿਵ ਇਗਜ਼ਾਮ ਕਲੀਅਰ ਕਰਨਾ ਹੈ ਠੀਕ ਹੈ ਕਿ ਤੁਸੀਂ ਸੈੱਟ ਹੋਣਾ ਹੈ ਤਾਂ ਡੂ ਯੋਰ 100% ਪ੍ਰੈਸੈਂਟ ਟਾਈਮ ਤੇ ਬੱਚੇ ਬਲੀਵ ਮੀ ਮਾਪਿਆਂ ਵਰਡਸ ਤੁਸੀਂ ਡੈਫੀਨੇਟਲੀ ਯੂਰ ਬੀ ਸਕਸੈਸਫੁਲ ਜੇ ਤੁਸੀਂ ਪ੍ਰੈਸੈਂਟ ਟਾਈਮ ਤੇ ਆਪਣੀ ਸਟੱਡੀ ਨੂੰ 100% ਕਰ ਰਹੇ ਹੋ ਇਹ ਨਹੀਂ ਸੋਚੇ ਕਿ ਆਹ ਕੁਐਸਚਨ ਛੱਡ ਦੇਣਾ ਆਹ ਛੱਡ ਦੇਣਾ ਤਾਂ ਬੱਚੇ ਬਹੁਤ ਈਜ਼ੀ ਹੈ ਠੀਕੋ ਜਦੋਂ ਕੁਝ ਨਵਾਂ ਕੋਰਸ ਲੈਣੇ ਆ ਤਾਂ ਟਾਈਮ ਲੱਗਦਾ ਹੈ ਠੀਕ ਹੈ ਬਟ ਹੌਲੀ ਹੌਲੀ ਤੁਹਾਨੂੰ ਆਪਣਾ ਉਹ ਸਬਜੈਕਟ ਦੀ ਸਮਝ ਆਣ ਲੱਗ ਜਾਨੀ ਹੈ ਬਿਲਕੁਲ ਨਵੇਂ ਸਟੂਡੈਂਟਸ ਨੂੰ ਤਾਂ ਬਿਲਕੁਲ ਘਬਰਾਣਾ ਨਹੀਂ ਹੈ ਟਾਈਮ ਲੱਗੇਗਾ ਇੱਕ ਨਵੇਂ ਮਾਹੌਲ ਦੇ ਵਿੱਚ ਤੁਸੀਂ ਜਾ ਰਹੇ ਹੋ ਕਾਲਜੇਸ ਦੇ ਵਿੱਚ ਸਕੂਲ ਤੇ ਕਾਲਜ ਦੇ ਵਿੱਚ ਬਹੁਤ ਡਿਫਰੈਂਸ ਹੁੰਦਾ ਹੈ ਬੱਚੇ ਤੁਹਾਨੂੰ ਇੰਡੀਪੈਂਡੈਂਟ ਬੰਨਾ ਆਏਗਾ ਸਿੱਖੋਗੇ ਕਿਵੇਂ ਕਲਾਸ ਤੋਂ ਕਲਾਸ ਜਾਣਾ ਹੈ ਅੱਗੇ ਤਾਂ ਇੱਕੋ ਹੀ ਕਲਾਸ 'ਚ ਬੈਠੇ ਰਹਿੰਦੇ ਸੀ ਆਰਾਮ ਨਾਲ ਸਭ ਕੁਝ ਮੈਨੇਜ ਕਰ ਲੈਂਦੇ ਸੀ ਪਰ ਹੁਣ ਸਭ ਕੁਝ अपने आप मैनेज करना डिफरेंट क्लासेस, डिफरेंट लेक्चरर्स एंड ऑल ठीक है जी ऑल द बेस्ट डोंट वरी आई विल ट्राई टू कीप इन टच विद यू कोई भी प्रॉब्लम होंगी है तो प्लीज़ शेयर द वीडियो इफ यू लाइक डिट तो लगता है किसी तरीके भी हैल्प हुई थोड़ी लाइक शेयर एंड कमेंट ऑल्सो ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਤੁਹਾਡੀ ਕੋਈ ਕੁਇਰੀ ਹੋਵੇ ਤਾਂ ਉਹਨੂੰ ਸੋਲਵ ਕਰਾਂ ਬਟ ਕਈ ਵਾਰੀ ਕੁਝ ਐਜੋ ਜੀ ਕੋਰੀਜ਼ ਹੁੰਦੀਆਂ ਨਹੀਂ ਸੋਲਵ ਹੋ ਪਾਂਦੇ ਆ ਤਾਂ ਫॉर दैट आई एम سوری ਬਟ ਅਜ ਤੱਕ ਮੈਨੂੰ ਨਹੀਂ ਲੱਗਦਾ ਕੋਈ ਮੇਰੇ ਲਈ ਐਜੋ ਜੀ ਕੋਈ ਕੁਇਰੀ ਆਈ ਹੈ ਤਾਂ ਥੈਂਕ ਯੂ ਗੋਡ ਬlesਸ ਯੂ ਪਲੀਜ਼ ਸਬਸਕ੍ਰਾਈਬ ਦਾ ਚੈਨਲ ਇਫ ਯੂ ਆਰ ਨਾਟ ਸਬਸਕ੍ਰਾਈਬ ਤਾਂ ਕਿ ਫਰਦਰ ਇਨਫੋਰਮੇਸ਼ਨ ਮਿਲ ਸਕੇ ਲਾਈਕ ਐਂਡ ਸ਼ੇਅਰ